ਪਹਿਲੇ ਅਸੀਂ ਪਹੁੰਚੇ ਆ ਪਿੰਡ ਇੰਦਰਪੁਰ ਵਿਖੇ ਜਿੱਥੇ ਸਾਨੂੰ ਇੱਕ ਫੋਨ ਆਇਆ ਸੀਗਾ ਕਿ ਬਹੁਤ ਜ਼ਿਆਦਾ ਪਾਣੀ ਜਿਹੜਾ ਰਾਤੀ بارش ਪਈ ਸੀਗੀ ਕੋਈ ਨਾਲਾ ਪੱਟਿਆ ਜਾ ਰਿਹਾ ਹਿਮਾਚਲ ਤੋਂ ਜਿਹੜਾ ਆਂਦਾ ਹੈ ਤੇ ਮੈਂ ਦਿਖਾ ਸਕਦਾ ਪਿੱਛੇ ਤਸਵੀਰਾਂ ਦੇ ਵਿੱਚ ਕਿ ਜਿਹੜੇ ਤੁਸੀਂ ਆ ਦੇਖ ਰਹੇ ਹੋ ਤਲਾਬ ਬਣੇ ਹੋਏ ਆ ਇਹ ਤਲਾਬ ਨਹੀਂ ਹੈ ਕੋ ਮੱਛੀ ਪਾਲਣ ਦਾ ਤਲਾਬ ਨਹੀਂ ਹੈ ਇਹ ਇੱਕ ਕਣਕ ਦੇ ਖੇਤ ਸੀਗੇ ਜਿੱਥੇ ਪਾਣੀ ਜਿਹੜਾ ਹੈ ਇੰਨੇ ਜ਼ਿਆਦਾ ਪਾਣੀ ਜਿਹੜਾ ਇੰਦਰਪੁਰ ਪਿੰਡ ਦੇ ਵਿੱਚ ਉੱਪਰ ਹਿਮਾਚਲ ਤੋਂ ਆਇਆ ਤੇ ਗੱਲਬਾਤ ਕਰਦਾ ਸਾਡੇ ਸਾਹਮਣੇ ਕਿਸਾਨ ਤੁਸੀਂ ਦੇਖ ਰਹੇ ਹੋ ਇਹ ਸਾਰੇ ਕਿਸਾਨ ਇਕੱਠੇ ਹੋਏ ਆਂ ਤੇ ਪਿੰਡ ਇੰਦਰਪੁਰਾ ਦੇ ਜਿਨ੍ਹਾਂ ਨੇ ਇਹ ਜਿਹੜੀ ਸਮੱਸਿਆ ਬਾਰੇ ਆਪਾਂ ਇਹਨਾਂ ਤੋਂ ਪੁੱਛਦੇ ਆਂ ਵੀ ਇਹ ਸਮੱਸਿਆ ਕੀ ਹੈ ਤੇ ਇਹ ਕਿਵੇਂ ਪਾਣੀ ਆਇਆ ਇੱਥੇ ਤੇ ਕਦੋਂ ਤੋਂ ਇਹ ਸਮੱਸਿਆ ਚੱਲ ਰਹੀ ਹੈ ਬਾਪੂ ਜੀ ਇਹ ਪੇ ਕਿਹੜਾ ਪਿੰਡ ਹੈ ਪਹਿਲਾਂ ਤਾਂ ਪਿੰਡ ਬਾਰੇ ਦੱਸਿਓ ਕਿ ਆ ਪਿੰਡਾ ਇਹ ਇੰਦਰਪੁਰਾ ਪਿੰਡਾ ਜੀ ਇੰਦਰਪੁਰਾ ਆ ਪਾਣੀ ਜਿਹੜਾ ਦੇਖਦੇ ਅਸੀਂ ਕਿਹੜਾ ਪਾਣੀ ਹੈ ਕਿੱਥੋਂ ਦਾ ਪਾਣੀ ਹੈ ਇਹ ਕਨਹਣ ਤੋਂ ਪਾਣੀ ਆਉਂਦਾ ਸੀ ਤਾਂ ਹਿਮਾਚਲ ਤੋਂ ਸਾਰਾ ਜਿਹੜਾ ਆਪਾਂ ਕਨਹਣ ਦਾ ਪਾਣੀ ਉਹ ਸਾਰਾ ਇੱਥੇ ਨੂੰ ਆ ਰਿਹਾ ਅਸੀਂ ਪਿੱਛੇ ਜੇ ਵੀ ਇੱਕ ਖਬਰ ਲੱਗੀ ਸੀ ਮੈਂ ਦੇਖਿਆ ਸੀਗਾ ਕਿ ਸਾਰੇ ਹਰ ਟਾਈਮੇ ਪਾਣੀ ਜਾਂਦਾ ਬਾਹਰ ਸੋਂਦੀ ਆ ਉਹ ਪਾਣੀ ਇੱਧਰੋਂ ਆਉਂਦਾ ਸਾਡੇ ਖੇਤਾਂ ਨੂੰ ਹਰ ਟਾਈਮ ਵੀ ਆਇਆ ਹੁਣ ਵੀ ਇਹ ਸਾਰਾ ਇਹ ਸਾਰਾ ਜਿਹੜਾ ਪਾਣੀ ਹੈ ਇੱਕ ਇੱਕ ਸਾਰੇ ਖੇਤ ਬੀਜੇ ਵੀ ਸੀ ਕਣਕ ਦੇ ਕਣਕ ਸਭ ਡੁੱਬੀ ਕਣਕ ਖੜੀ ਵਿੱਚ ਕਣਕ ਆਹੀ ਹਰਕ ਧਾਨਾ ਦਾ ਹੁੰਦਾ ਸਾਡੇ ਇਹ ਆ ਚੀਜ਼ ਹੈ ਜਿਵੇਂ ਆ ਕਣ ਖੜੀ ਹੈ ਜੀ ਅੱਛਾ ਜਿਵੇਂ ਇਹ ਕਣਕ ਖੜੀ ਹੈ ਮੈਂ ਦਿਖਸਦਾ ਪਿੱਛੇ ਵੀ ਆ ਦਿਖਾਵਾਂਗਾ ਕਿ ਇਹ ਜਿਵੇਂ ਕਣਕ ਇਹ ਇੱਕ ਕਣਕ ਖੜੀ ਹੈ ਇਹ ਵੀ ਪਾਣੀ ਦੇ ਵਿੱਚ ਖੜੀ ਹੈ ਲੇਕਿਨ ਮੈਂ ਇੱਧਰ ਦਿਖਾਉਣਾ ਵੀ ਇਹ ਵੀ ਇੱਧਰ ਵੀ ਕਣਕ ਸੀਗੀ ਪਰ ਲੇਕਿਨ ਉਹ ਕਣਕ ਦਿਖਾਈ ਨਹੀਂ ਦੇ ਰਹੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਮੈਂ ਕਿਸਾਨਾਂ ਨੂੰ ਕਹਾਂਗਾ ਵੀ ਆਪਣੀ ਗੱਲ ਇੱਕ ਇੱਕ ਕਰਕੇ ਰੱਖਣ ਸਾਰੇ ਨਾਲ ਵਿੱਚ ਬੋਲਣ ਹਾਂਜੀ ਭਾਈ ਜੀ ਤੁਹਾਡਾ ਗੱਲ ਨਾ ਪਹਿਲਾਂ ਤਾਂ ਚਾਹ ਰਣਜੀਤ ਸਿੰਘ ਜੀ ਤੁਸੀਂ ਹੁਣ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਸਰਕਾਰ ਤੋਂ ਮੁਆਵਜ਼ਾ ਮਿਲੇ ਜੀ ਸਾਡੀ ਫਸਲ ਦਾ ਨੁਕਸਾਨ ਹੋਇਆ ਜੀ ਹਾਂਜੀ ਤੇ ਇਹ ਲੱਗਦਾ ਵੀ ਨਾਲੇ ਦੀ ਸਮੱਸਿਆ ਦਾ ਤੁਸੀਂ ਪਹਿਲਾਂ ਤੋਂ ਵੀ ਰੌਲਾ ਪਾ ਰਹੇ ਅਸੀਂ ਹਾਂਜੀ ਨਾਲੇ ਨਾਲੇ ਦੀ ਵੀ ਸਮੱਸਿਆ ਹੈ ਇਹ ਨਾਲਾ ਚਾਹੀਦਾ ਨਾਲਾ ਤਾਂ ਨਹਿਰ ਦੇ ਨਾਲ ਨਾਲ ਉਹ ਬੰਦ ਹੋ ਗਿਆ ਜੀ ਪਾਣੀ ਦਾ ਨਿਕਾਸ ਹੈ ਨਹੀਂ ਡਿਪਟੀ ਕਮਿਸ਼ਨਰ ਰੂਪਨਗਰ ਬੇਸ਼ੱਕ ਇਹਨਾਂ ਦਾ ਮੌਕਾ ਦੇਖਣਾ ਚਾਹੀਦਾ ਹਾਂਜੀ ਪਿੱਛੇ ਹਿਮਾਚਲ ਤੋਂ ਜਿਹੜਾ ਪਾਣੀ ਆਉਂਦਾ ਨੇ ਜੀ ਉਹ ਪਹਿਲਾਂ ਨਿਕਾਸ ਸੀ ਜੀ ਇਧਰ ਨੂੰ ਸਾਰ ਬੜੇ ਸਰਸਾ ਨਦੀ ਹੈ ਜਿਹੜੀ ਉਹਦੇ ਚ ਨੂੰ ਉਹ ਬੰਦ ਹੋ ਗਿਆ ਜੀ ਉਹਦੇ ਕਰਕੇ ਸਾਰਾ ਸਾਡੇ ਪਿੰਡ ਨੂੰ ਪਾਣੀ ਆ ਰਿਹਾ ਜੀ ਇਧਰ ਸਾਡੀਆਂ ਫਸਲਾਂ ਸਾਰੀਆਂ ਬਰਬਾਦ ਹੋ ਰਹੀਆਂ ਚਲੋ ਸਰਕਾਰ ਦਾ ਤਾਂ ਹੁਣ ਚੌਣ ਜਵਤਾ ਲੱਗ ਗਿਆ ਪਰ ਲੇਕਿਨ ਡਿਪਟੀ ਕਮਿਸ਼ਨਰ ਅਸੀਂ ਇਹੋ ਮੰਗ ਕਰਦੇ ਜੀ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਜੀ ਹਾਂਜੀ ਸਾਡਾ ਫਸਲਾਂ ਦਾ ਬਚਾਅ ਹੋਣਾ ਚਾਹੀਦਾ ਜੀ ਬਹੁਤ ਵੱਡੀ ਸਮੱਸਿਆ ਹੈ ਜੀ ਤੁਸੀਂ ਦੇਖ ਸਕਦੇ ਹੋ ਵੀ ਹਾਂਜੀ ਸਾਡਾ ਡਾਕਟਰ ਇੰਦਰ ਜੀ ਜੀ ਇੰਦਰ ਜੀ ਜੀ ਇੱਧਰ ਨੂੰ ਆਓ ਜਰਾ ਤੁਸੀਂ ਦੱਸੋ ਕੀ ਸਮੱਸਿਆ ਸਾਰੀ ਸਮੱਸਿਆ ਦੇਖੋ ਪਾਣੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਪਿਛਲੀ ਵਾਰ ਵੀ ਜਦੋਂ ਧਾਨਾਂ ਦੀ ਫਸਲ ਸੀ ਕਾਫੀ ਨੁਕਸਾਨ ਹੋਇਆ ਅੱਥੇ ਚੀਮਾ ਸਾਹਿਬ ਆਇਆ ਮੌਕਾ ਦੇਖ ਕੇ ਚਲੇ ਗਏ ਉਹਨਾਂ ਨੇ ਕਰਨਾ ਤਾਂ ਕਹਿਆ ਨਹੀਂ ਕਿਸੇ ਵੀ ਨੇ ਵੀ ਨਹੀਂ ਮੰਤਰੀ ਇਹ ਤਾਂ ਵੋਟਾਂ ਦੇ ਪਿੱਛੇ ਘੁੰਮ ਰਹੇ ਆ ਸਾਰੇ ਪਰ ਇੱਥੇ ਇੱਕ ਪੁਰਾਣਾ ਨਾਲਾ ਹੈ ਕਾਫੀ ਦਿਨ ਦਾ ਨਾ ਉਹ ਜੇ ਨਾਲੇ ਦੀ ਸਮੱਸਿਆ ਸਾਡੀ ਹੱਲ ਹੋਈ ਜਾਵੇ ਸਾਡੀ ਡੀਸੀ ਸਾਹਿਬ ਨੂੰ ਗੱਲ ਹੈ ਵੀ ਜੇ ਨਾਲੇ ਦੀ ਸਾਡੀ ਸਮੱਸਿਆ ਹੱਲ ਕੀਤੀ ਜਾਵੇ ਤਾਂ ਇਹ ਸਾਰੇ ਪਾਣੀ ਦਾ ਹੱਲ ਹੋ ਸਕਦਾ ਪਾਣੀ ਦੀ ਨਿਕਾਸੀ ਉਧਰ ਸਰਸਾ ਨਦੀ 'ਚ ਪੈ ਸਕਦੀ ਆ ਜੀ ਤੇ ਕਾਫੀ ਹੱਦ ਤੱਕ ਥੋੜੀ ਸਫਾਈ ਹੋਣੀ ਨਾਲੇ ਦੀ